ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬ੍ਰਿਜ ਇੰਗਲਿਸ਼ ਗ੍ਰਾਮਰ ਐਂਡ ਯੂਜ਼ ਬਾਈ ਰੈਮਨ ਮਰਫੀ 4ਥ ਐਡੀਸ਼ਨ ਉਸ ਦੀ ਜਿਹੜੀ ਯੂਨਿਟ ਹੈ ਉਹ ਕਰਾਂਗੇ ਆਪਾਂ 54 ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਵਰਬ ਪਲੱਸ 2 ਜਿਸ ਤਰ੍ਹਾਂ ਕਿ ਡਿਸਾਈਡ ਟੂ ਫੋਰਗੇਟ ਟੂ ਦੇਖੋ ਮੈਂ ਸਮਝਾਉਣਾ ਇਸ ਤੋਂ ਜਿਹੜੀ ਪਿਛਲੀ ਆਪਾਂ ਨੇ ਯੂਨਿਟ ਕੀਤੀ ਹੈ ਉਸ ਦੇ ਵਿੱਚ ਆਪਾਂ ਕੀਤਾ ਸੀ ਇੱਕ ਵਰਬ ਤੋਂ ਬਾਅਦ ਜਦੋਂ ਨੈਕਸਟ ਵਰਬ ਆਪਾਂ ਯੂਜ਼ ਕਰਦੇ ਸੀ ਤਾਂ ਆਈ ਐਨ ਜੀ ਫਾਰਮ ਦੇ ਵਿੱਚ ਆਪਾਂ ਯੂਜ਼ ਕਰਦੇ ਸੀ ਮਤਲਬ ਕਿ ਕੁਝ ਕੁ ਫਾਰਮਸ ਇਹੋ ਜਿਹਿਆਂ ਹੁੰਦੀਆਂ ਨੇ ਮੈਂ ਤੁਹਾਨੂੰ ਲਿਖਵਾਈਆਂ ਸੀ ਕਿ ਜਿੰਨਾ ਤੋਂ ਬਾਅਦ ਜਿਹੜੀ ਨੈਕਸਟ ਫਾਰਮ ਆਪਾਂ ਯੂਜ਼ ਕਰਦੇ ਆ ਆਈ ਐਨ ਜੀ ਫਾਰਮ ਆਪਾਂ ਯੂਜ਼ ਕਰਦੇ ਆ ਹੁਣ ਇਸ ਯੂਨਿਟ ਦੇ ਵਿੱਚ ਆਪਾਂ ਕੁਝ ਕੁ ਇਹੋ ਜਿਹੀਆਂ ਵਰਬਸ ਕਰਾਂਗੇ ਜਿੰਨਾ ਤੋਂ ਬਾਅਦ ਆਪਾਂ 2 ਇਨਫਿਨੀਟਿਵ ਫਾਰਮ ਦਾ ਯੂਜ਼ ਕਰਦੇ ਆ ਮਤਲਬ ਕਿ ਜਦੋਂ ਇੱਕ ਵਰਬ ਤੋਂ ਬਾਅਦ ਦੂਸਰੀ ਵਰਬ ਦਾ ਆਪਾਂ ਯੂਜ਼ ਕਰਾਂਗੇ ਤਾਂ ਉਹ ਆਪਾਂ 2 ਪਲੱਸ ਵਰਬ ਦੀ ਫਰਸਟ ਫਾਰਮ ਦਾ ਯੂਜ਼ ਕਰਾਂਗੇ ਹੁਣ ਇਹ ਕੁਝ ਕੁ ਫਾਰਮਸ ਨੇ ਇਹ ਤੁਸੀਂ ਯਾਦ ਰੱਖਣੀਆਂ ਨੇ ਲਿਖ ਕੇ ਰੱਖਣੀਆਂ ਨੇ ਜਿਹੜੀਆਂ ਇਹ ਫਾਰਮਸ ਨੇ ਇਹ ਇਹੋ ਜਿਹੇ ਫਾਰਮਸ ਨੇ ਜਿੰਨਾ ਤੋਂ ਤੁਰੰਤ ਬਾਅਦ ਜਦੋਂ ਅਗਲੀ ਫਾਰਮ ਮਤਲਬ ਕਿ ਇਹਨਾਂ ਤੋਂ ਬਾਅਦ ਜਦੋਂ ਨੈਕਸਟ ਫਾਰਮ ਆਪਾਂ ਯੂਜ਼ ਕਰਾਂਗੇ ਤਾਂ 2 ਪਲੱਸ ਵਰਬ ਦੀ ਫਰਸਟ ਫਾਰਮ ਯੂਜ਼ ਕਰਾਂਗੇ ਜਿਸ ਤਰ੍ਹਾਂ ਕਿ ਫਰਗੇਟ manage afford learn decide مطلب ਕਿ ਇਹਨਾਂ ਤੋਂ ਬਾਅਦ ਜਿਹੜੀ ਵੀ ਫਾਰਮ ਆਉ ਉਹ ਜਿਸ ਤਰ੍ਹਾਂ ਕਿ ਡਿਸਾਈਡ ਹੈ ਡਿਸਾਈਡ ਤੋਂ ਬਾਅਦ ਆਪਾਂ ਨੇ ਡਿਸਾਈਡ ਆਪਾਂ ਨੇ ਖੇਡਣ ਦਾ ਡਿਸਾਈਡ ਕਰ ਲਿਆ ਤਾਂ ਆਪਾਂ ਕਹਾਂਗੇ ਡਿਸਾਈਡ ਟੂ ਪਲੇ مطلب ਕਿ ਟੂ ਪਲਸ ਵਰਬ ਦੀ ਫਰਸਟ ਫਾਰਮ ਤਾਂ ਇਹ ਸਾਰੀਆਂ ਤੋਂ ਬਾਅਦ ਟੂ ਪਲਸ ਵਰਬ ਦੀ ਫਰਸਟ ਫਾਰਮ ਦਾ ਆਪਾਂ ਨੇ ਯੂਜ਼ ਕਰਨਾ ਹੈ ਇਹ ਲਿਖ ਕੇ ਰੱਖਣੀਆਂ ਨੇ ਇਹ ਯਾਦ ਹੀ ਰੱਖਣੀਆਂ ਨੇ ਔਰ ਇਹ ਕੁਝ ਕੁ ਫਾਰਮਸ ਇਹੋ ਜੀਆਂ ਹੁੰਦੀਆਂ ਨੇ ਵੈਸੇ ਇਹ ਥੋੜੀਆਂ ਲਿਖਣੀਆਂ ਨੇ ਮੈਂ ਜੋ ਆਪਣੀ ਏ ਸਜੰਟ ਦੇ ਵਿੱਚ ਯੂਜ਼ ਹੋਣਗੀਆਂ ਬਾਕੀ ਆਪਾਂ ਕੱਲ ਲਿਖਿਆ ਸੀ ਉਹ ਤੁਸੀਂ ਨੇ ਕਾਪੀ ਦੇ ਉੱਪਰ ਯਾਦ ਰੱਖਣੀਆਂ ਨੇ ਇਹ ਫਾਰਮਸ ਕੁਝ ਇੱਕ ਇਹੋ ਜਿਹੀਆਂ ਹੁੰਦੀਆਂ ਨੇ ਜਿੰਨਾ ਤੋਂ ਅਗਲੀ ਫਾਰਮ ਜਦੋਂ ਆਪਾਂ ਯੂਜ਼ ਕਰਦੇ ਆ ਜਿੰਨਾ ਤੋਂ ਬਾਅਦ ਉਹ ਆਪਾਂ ਆਈ ਐਨ ਜੀ ਫਾਰਮ ਯੂਜ਼ ਕਰਦੇ ਆ ਜਿਸ ਤਰ੍ਹਾਂ ਕਿ ਇੱਥੇ ਕਿਹਾ ਜੇਕਰ ਡਿਸਾਈਡ ਹੋਵੇ ਆਪਾਂ ਖੇਡਣ ਦਾ ਡਿਸਾਈਡ ਕਰ ਲਿਆ ਆਪਾਂ ਕਹਾਂਗੇ ਡਿਸਾਈਡ ਟੂ ਪਲੇ ਬਟ ਜੇਕਰ ਇੰਨਾ ਜੋ ਆਪਾਂ ਯੂਜ਼ ਕਰੀਏ ਕਿ ਆਪਾਂ ਖੇਡਣਾ ਇੰਜੋਏ ਕਰ ਰਹੇ ਆ ਇੰਜੋਏ ਪਲੇਇੰਗ ਜਾਂ ਫਿਰ ਸਟਾਪ ਪਲੇਇੰਗ ਸਟਾਪ ਟੂ ਪਲੇ ਇੰਜੋਏ ਟੂ ਪਲੇ ਨਹੀਂ ਆਏਗਾ ਇਨਾਂ ਤੋਂ ਬਾਅਦ ਆਈ ਐਨ ਜੀ ਫਾਰਮ ਔਰ ਇਨਾਂ ਤੋਂ ਬਾਅਦ ਟੂ ਪਲੱਸ ਵਰਬ ਦੀ ਫਰਸਟ ਫਾਰਮ ਦਾ ਯੂਜ਼ ਕਰਨਾ ਸੋ ਅੱਗੇ ਦੇਖੋ ਹੁਣ ਆਪਾਂ ਇਸ ਦਾ ਫਰਸਟ ਹੈ ਜਿਹੜਾ ਹੀ ਕਰਦੇ ਆ 54.2 ਆ ਜਿਹੜਾ ਸਭ ਤੋਂ ਪਹਿਲਾਂ ਪੋ ਕਰਨਾ ਫਰਸਟ ਨਹੀਂ ਕਰਨਾ ਆਪਾਂ ਨੇ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਕੰਪਲੀਟ ਈਚ ਸੈਂਟੈਂਸ ਵਿਦ ਅ ਸੂਟੇਬਲ ਵਰਬ ਸਾਰੇ ਸੈਂਟੈਂਸ ਕਹਿੰਦੇ ਤੁਸੀਂ ਕੰਪਲੀਟ ਕਰੋ ਇਹ ਬਲੈਂਕਸ ਜਿਹੜੀਆਂ ਆਪ ਨੂੰ ਦਿੱਤੀਆਂ ਨੇ ਇੱਥੇ ਵਰਬ ਆ ਜਿਹੜੀ ਪੁੱਟ ਕਰੋ ਔਰ ਆਪਾਂ ਨੇ ਕੀ ਕਰਨਾ ਹੈ ਸੂਟੇਬਲ ਵਰਬ ਹੈ ਜਿਹੜੀ ਉਹ ਇੱਥੇ ਪੁੱਟ ਕਰਨੀ ਹੈ ਜਿਹੜੀ ਆਪਾਂ ਨੂੰ ਲੱਗੂਗੀ ਇਹਨਾਂ ਨੇ ਕੁਝ ਨਹੀਂ ਆਪਾਂ ਨੂੰ ਦਿੱਤਾ ਆਪਾਂ ਨੂੰ ਖੁਦ ਸੈਂਟੈਂਸ ਬੜ ਕੇ ਪਤਾ ਚੱਲੇਗਾ ਆਪਣੀ ਸੈਂਟੈਂਸ ਦੀ ਸੈਂਸ ਬਣਾਓ ਔਰ ਆਰਾਮ ਨਾਲ ਆਪਾਂ ਉੱਥੇ ਮਤਲਬ ਜਿਹੜੀ ਵੀ ਵਰਬ ਉੱਥੇ ਸੂਟੇਬਲ ਹੋਏਗੀ ਉਹ ਆਪਾਂ ਲਿਖ ਦੇਵਾਂਗੇ ਜਿਸ ਤਰ੍ਹਾਂ ਫਸਟ ਦੇਖੋ ਇਹਨਾਂ ਨੇ ਬਣਾਇਆ ਤੁਸੀਂ ਇਹ ਭੁੱਲ ਜਿਓ ਮਤਲਬ ਕਿ ਕੁਝ ਇਹਨਾਂ ਨੇ ਕਰਿਆ ਬਟ ਦੇਖੋ ਡੋਂਟ ਫੋਰਗੇਟ ਕਹਿੰਦੇ ਭੁੱਲੋ ਨਾ ਦਾ ਡੋਰ when you go out ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਦਰਵਾਜ਼ੇ ਨੂੰ ਭੁੱਲੋ ਨਾ ਦੇਖ ਜਦੋਂ ਆਪਾਂ ਬਾਹਰ ਜਾਵਾਂਗੇ ਮੰਨ ਲਓ ਤਾਂ ਓਬਵੀਅਸ ਹੈ ਦਰਵਾਜ਼ਾ ਆਪਾਂ ਲੋਕ ਕਰਕੇ ਜਾਵਾਂਗੇ ਅਨਲੌਕ ਕਰਕੇ ਤਾਂ ਨਹੀਂ ਜਾਵਾਂਗੇ ਤਾਂ ਕਰਕੇ ਆਪਾਂ ਇਹੀ ਕਹਾਂਗੇ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਦਰਵਾਜ਼ੇ ਨੂੰ ਲੋਕ ਲਗਾਉਣਾ ਨਾ ਭੁੱਲੋ ਤਾਂ ਕਰਕੇ ਇੱਥੇ ਟੂ ਲੋਕ ਆ ਗਿਆ ਕਿਉਂਕਿ ਫਰਗੇਟ ਇ ਫਰਗੇਟ ਫਾਰਮ ਹੈ ਇਸ ਤੋਂ ਬਾਅਦ ਟੂ ਪਲੱਸ ਵਰਬ ਦੀ ਫਰਸਟ ਫਾਰਮ ਅਗਲਾ ਦੇਖੋ ਸੈਕਿੰਡ देयर वाज़ अ लॉट ਆਫ ਟ੍ਰੈਫਿਕ ਕਹਿੰਦੇ ਬਹੁਤ ਜ਼ਿਆਦਾ ਟ੍ਰੈਫਿਕ ਸੀਗੀ ਬਟ ਪਰੰਤੂ ਵੀ ਮੈਨੇਜਡ ਪਰ ਅਸੀਂ ਨੇ ਮੈਨੇਜ ਕਰ ਲਿਆ ਟੂ ਦਾ 에어ਪੋਰਟ ਇਨ ਟਾਈਮ ਦੇਖੋ ਆਬਵੀਅਸ ਹੈ ਬਿਲਕੁਲ ਕਹਿੰਦੇ ਟ੍ਰੈਫਿਕ ਹਾਲਾਂਕਿ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਅਸੀਂ ਨੇ ਮੈਨੇਜ ਕਰ ਲਿਆ 에어ਪੋਰਟ ਤੇ ਸਮੇਂ ਤੇ ਕਹਿਣ ਦਾ ਮਤਲਬ ਆਬਵੀਅਸ ਆਪਾਂ ਨੂੰ ਪਤਾ ਚੱਲ ਗਿਆ ਕਿ ਉਹ ਸਮੇਂ ਦੇ ਉੱਪਰ 에어ਪੋਰਟ ਪਹੁੰਚ ਗਏ ਮਤਲਬ ਇੱਥੇ ਪਹੁੰਚਣ ਦੀ ਗੱਲ ਹੋ ਰਹੀ ਹੈ ਹੁਣ ਪਹੁੰਚਣਾ ਕੀ ਹੁੰਦਾ ਹੈ ਗੈਟ ਵੀ ਹੁੰਦਾ ਹੈ ਗੈਟ ਵੀ ਕਿਸੇ ਸਥਾਨ ਤੇ ਪਹੁੰਚਣਾ ਹੁੰਦਾ ਹੈ ਵੈਸੇ ਗੈਟ ਦਾ ਮਤਲਬ ਪ੍ਰਾਪਤ ਕਰਨਾ ਵੀ ਹੁੰਦਾ ਹੈ ਗੈਟ ਦਾ ਮਤਲਬ ਪਹੁੰਚਣਾ ਵੀ ਹੁੰਦਾ ਹੈ ਔਰ ਰੀਚ ਰੀਚ ਦਾ ਮਤਲਬ ਵੀ ਪਹੁੰਚਣਾ ਹੁੰਦਾ ਹੈ ਔਰ ਆਪਣੇ ਲਵੇ ਵਰਬ ਦੀ ਫਾਰਮ ਹੈ ਮੈਨੇਜ ਤਾਂ ਮੈਨੇਜ ਤੋਂ ਬਾਅਦ ਆਪਾਂ ਟੂ ਪਲੱਸ ਵਰਬ ਦੀ ਫਰਸਟ ਫਾਰਮ ਤਾਂ ਆਪਾਂ ਇੱਥੇ ਟੂ ਰੀਚ ਟੂ ਰੀਚ ਜਾਂ ਫਿਰ ਟੂ ਗੈਟ ਕਰ ਸਕਦੇ ਹਾਂ ਬਟ ਵੀ ਮੈਨੇਜਡ ਟੂ ਰੀਚ ਟੂ ਦਾ 에어ਪੋਰਟ ਇਨ ਟਾਈਮ ਪਰ ਅਸੀਂ ਸਮੇਂ ਤੋਂ ਪਹਿਲਾਂ ਉੱਥੇ 에어ਪੋਰਟ ਆ ਜਿਹੜੇ ਪਹੁੰਚ ਗਿਆ ਸੀ ਮੈਨੇਜ ਕਰ ਲਿਆ ਥਰਡ ਵੀ ਕੁਡਨਟ ਅਫੋਰਡ ਵੀ ਕਹਿੰਦੇ ਅਸੀਂ ਅਫੋਰਡ ਨਹੀਂ ਕਰ ਸਕੇ ਹਨਾ ਇਨ ਲੰਡਨ ਲੰਡਨ ਦੇ ਵਿੱਚ ਅਸੀਂ ਲੰਡਨ ਦੇ ਵਿੱਚ ਅਫੋਰਡ ਨਹੀਂ ਕਰ ਸਕੇ ਅੱਗੇ ਕੀ ਕਹਿ ਰਿਹਾ ਇਟਸ ਟੂ ਐਕਸਪੈਂਸਿਵ ਇਹ ਬਹੁਤ ਜ਼ਿਆਦਾ ਕਹਿੰਦੇ ਉੱਥੇ ਮਹਿੰਗਾਈ ਹੈ ਹੁਣ ਦੇਖੋ ਇਹ ਗੱਲ ਕੀ ਕਰਨ ਮਹਿੰਗਾਈ ਦੀ ਗੱਲ ਕਰ ਰਹੇ ਨੇ ਕਿ ਇੰਨੀ ਮਹਿੰਗਾਈ ਦੇ ਵਿੱਚ ਅਸੀਂ ਲੰਡਨ ਦੇ ਵਿੱਚ ਅਫੋਰਡ ਨਹੀਂ ਕਰ ਸਕੇ ਮਤਲਬ ਕਿ ਲੰਡਨ ਦੇ ਵਿੱਚ ਰਹਿਣ ਦੀ ਗੱਲ ਕਰ ਰਹੇ ਨੇ ਕਿ ਅਸੀਂ ਲੰਡਨ ਦੇ ਵਿੱਚ ਨਹੀਂ ਰਹਿ ਸਕਦੇ ਇੰਨੀ ਮਹਿੰਗਾਈ ਦੇ ਵਿੱਚ ਅਫੋਰਡ ਟੂ ਲਿਵ ਦੇਖੋ ਅਫੋਰਡ ਟੂ ਪਲਸ ਵਰਬ ਦੀ ਫਰਸਟ ਫਾਰਮ ਹੁਣ ਇਸ ਦਾ ਮਤਲਬ ਦੇਖੋ ਵੀ ਕੁਡਨਟ ਅਫੋਰ ਟੂ ਲਿਵ ਇਨ ਲੰਡਨ ਅਸੀਂ ਲੰਡਨ ਦੇ ਵਿੱਚ ਰਹਿਣਾ ਅਫੋਰਡ ਨਹੀਂ ਕਰ ਸਕਦੇ ਸਾਡੇ ਕੋਲ ਇੰਨੇ ਪੈਸੇ ਨਹੀਂ ਜਿਹੜੇ ਨਹੀਂ ਹੈਗੇ ਮਤਲਬ ਅਸੀਂ ਅਫੋਰਡ ਨਹੀਂ ਕਰ ਸਕਦੇ ਇਟਸ ਟੂ ਐਕਸਪੈਂਸਿਵ ਕਿਉਂਕਿ ਬਹੁਤ ਜ਼ਿਆਦਾ ਮਹਿੰਗਾ ਹੈ ਚੌਥਾ ਵੀ ਹੈਵ ਗਾਟ ਨਿਊ ਕੰਪਿਊਟਰ ਸੌਫਟਵੇਅਰ ਅਸੀਂ ਨੇ ਨਵਾਂ ਸੌਫਟਵੇਅਰ ਕੰਪਿਊਟਰ ਜਿਹੜਾ ਉਹ ਲਿਆਂਦਾ ਇਨ ਅਰ ਆਫਿਸ ਸਾਡੇ ਆਫਿਸ ਦੇ ਵਿੱਚ ਨਵਾਂ ਸੌਫਟਵੇਅਰ ਕੰਪਿਊਟਰ ਹੈ ਜਿਹੜਾ ਮਤਲਬ ਕੰਪਿਊਟਰ ਦਾ ਸੌਫਟਵੇਅਰ ਹੈ ਜਿਹੜਾ ਅਸੀਂ ਲੈ ਕੇ ਆਇਆ ਆਈ ਹੈਵ ਨਾਟ ਲਰਨਟ ਇਟ ਯੈਟ ਮਤਲਬ ਕਿ ਆਈ ਹੈਵ ਨਾਟ ਲਰਨਡ ਇਟ ਯੈਟ ਮੈਂ ਹਾਲੇ ਤੱਕ ਇਹ ਸਿੱਖਿਆ ਨਹੀਂ ਇਟ ਯੈਟ ਕੀ ਕਰਨਾ ਨਹੀਂ ਸਿੱਖਿਆ ਮਤਲਬ ਕਿ ਮੈਨੂੰ ਇਹ ਯੂਜ਼ ਕਰਨਾ ਨਹੀਂ ਆਉਂਦਾ ਦੇਖੋ ਲਰਨਡ ਆ ਗਈ ਟੂ ਪਲਸ ਵਰਬ ਦੀ ਫਰਸਟ ਫਾਰਮ ਆਪਾਂ ਲਿਖਾਂਗੇ ਟੂ ਯੂਜ਼ ਮਤਲਬ ਆਪੇ ਹੀ ਕਹਾਂਗੇ ਨਾ ਕਿ ਆਪਾਂ ਕੋਈ ਨਵਾਂ ਸਾਫਟਵੇਅਰ ਲੈ ਕੇ ਆਇਆ ਕਿ ਉਹ ਮੈਨੂੰ ਹਲੇ ਯੂਜ਼ ਨਹੀਂ ਕਰਨਾ ਆਉਂਦਾ ਹੁਣ ਇੱਥੇ ਹੋਰ ਕੋਈ ਵਰਬ ਵਰਬ ਦੀ ਫਾਰਮ ਤੁਸੀਂ ਕੀ ਦੇਖੋ ਪੁੱਟ ਕਰੋਗੇ ਟੂ ਪਲੇ ਤਾਂ ਨਹੀਂ ਕਹਿ ਸਕਦੇ ਸਾਫਟਵੇਅਰ ਨਾਲ ਖੇਲਾਂਗੇ ਥੋੜੀ ਨਾ ਜਾਂ ਆਪਾਂ ਕੋਈ ਹੋਰ ਟੂ ਲਗਾ ਕੇ ਕੋਈ ਵਰਬ ਦੀ ਫਰਸਟ ਫਾਰਮ ਦੇਖੋ ਤੁਸੀਂ ਕਿਹੜੀ ਤੁਹਾਡੇ ਦਿਮਾਗ 'ਚ ਆਉਂਦੀ ਹੈ ਕੋਈ ਸੈੱਟ ਨਹੀਂ ਆਏਗੀ ਯੂਜ਼ ਆਪਾਂ ਕੋਈ ਵੀ ਸਾਫਟਵੇਅਰ ਲੈ ਕੇ ਆਉਣੇ ਆ ਕੰਪਿਊਟਰ ਦੇ ਵਿੱਚ ਆਪਾਂ ਕੋਈ ਕੰਮ ਕੰਮ ਵਗੈਰਾ ਕਰਦੇ ਆ ਆਪਾਂ ਯੂਜ਼ ਕਰਦੇ ਆ ਉਸ ਨੂੰ ਮਤਲਬ ਇਹ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਮੈਨੂੰ ਯੂਜ਼ ਨਹੀਂ ਕਰਨਾ ਆਉਂਦਾ ਸਾਫ ਪੰਜਵਾਂ ਮਾਰਕ ਡਸਨਟ نو ਵਟ ਹੈਪਨ ਜਿਹੜਾ ਮਾਰਕ ਹੈ ਉਹ ਨਹੀਂ ਜਾਣਦਾ ਮਾਰਕ ਨੂੰ ਨਹੀਂ ਪਤਾ ਕਿ ਵਟ ਹੈਪਨਡ ਕੀ ਗੱਲ ਹੋਈ ਔਰ ਆਈ ਡਿਸਾਈਡਡ ਨਾਟ ਹਿਮ ਔਰ ਮੈਂ ਡਿਸਾਈਡ ਕੀਤਾ ਕਿ ਮੈਂ ਉਸ ਨੂੰ ਨਹੀਂ ਮਤਲਬ ਕਿ ਮਾਰਕ ਨੂੰ ਕੋਈ ਗੱਲ ਪਹਿਲਾਂ ਤੋਂ ਨਹੀਂ ਪਤਾ ਔਰ ਕਹਿੰਦਾ ਮੈਂ ਡਿਸਾਈਡ ਕਰ ਲਿਆ ਉਸ ਨੂੰ ਪਤਾ ਤਾਂ ਹੈ ਨਹੀਂ ਕਿ ਮੈਂ ਉਸ ਨੂੰ ਨਹੀਂ ਹੁਣ ਕਿਹੜੀ ਫਾਰਮ ਆਪਾਂ ਆਪਣੇ ਕੋਲੋਂ ਦੇਖੋ ਤੁਸੀਂ ਚੂਜ਼ ਕਰ ਸਕਦੇ ਹੋ ਆਪਾਂ ਇਹ ਕਹਿ ਸਕਦੇ ਹਾਂ ਵੀ ਇਹਦਾ ਮਤਲਬ ਹੈ ਇਹ ਮਤਲਬ ਕਹਿ ਸਕਦਾ ਹੈ ਕਿ ਆਈ ਡਿਸਾਈਡਡ ਮੈਂ ਡਿਸਾਈਡ ਕਰ ਲਿਆ ਨਾਟ ਹਿਮ ਕਿ ਮੈਂ ਉਸ ਨੂੰ ਨਹੀਂ ਦੱਸੂੰਗਾ ਦੱਸਣਾ ਟੈਲ ਕਿਉਂਕਿ ਡਿਸਾਈਡ ਆ ਗਿਆ ਡਿਸਾਈਡ ਆ ਗਿਆ ਤਾਂ ਟੂ ਟੈਲ ਨਾਟ ਟੂ ਟੈਲ ਆਈ ਡਿਸਾਈਡਡ ਨਾਟ ਟੂ ਟੈਲ ਹਿਮ ਕਿਉਂਕਿ ਉਸ ਨੂੰ ਪਹਿਲਾਂ ਤੋਂ ਨਹੀਂ ਪਤਾ ਔਰ ਮੈਂ ਡਿਸਾਈਡ ਕਰ ਲਿਆ ਮੈਂ ਉਸ ਨੂੰ ਦੱਸੂੰਗਾ ਵੀ ਨਹੀਂ ਛੇਵਾਂ ਵੀ ਵਰ ਆਲ ਅਫਰੇਡ ਟੂ ਸਪੀਕ ਅਸੀਂ ਸਾਰੇ ਹੀ ਬੋਲਣ ਤੋਂ ਡਰ ਰਹੇ ਸੀ ਹਨਾ ਅਸੀਂ ਡਰ ਰਹੇ ਸੀ ਬੋਲਣ ਤੋਂ ਨੋ ਬਾਡੀ ਡੇਅਰ ਐਨੀਥਿੰਗ ਔਰ ਕਿਸੇ ਨੇ ਵੀ ਮਤਲਬ ਦੇਖੋ ਇੱਥੇ ਬੋਲਣ ਦੀ ਗੱਲ ਹੋ ਰਹੀ ਹੈ ਵੀ ਅਸੀਂ ਬੋਲਣ ਤੋਂ ਸਾਰੇ ਡਰ ਰਹੇ ਸੀ ਐਂਡ ਨੋ ਬਾਡੀ ਡੇਅਰ ਡੇਅਰ ਹੁੰਦਾ ਹਿੰਮਤ ਕਰਨੀ ਔਰ ਕਿਸੇ ਨੇ ਵੀ ਹਿੰਮਤ ਨਹੀਂ ਕੀਤੀ ਐਨੀਥਿੰਗ ਮਤਲਬ ਕਿ ਕੁਝ ਵੀ ਬੋਲਣ ਦੀ ਜਾਂ ਫਿਰ ਕੁਝ ਵੀ ਕਹਿਣ ਦੀ ਹੁਣ ਇੱਥੇ ਦੇਖੋ ਤੁਹਾਡੇ ਦਿਮਾਗ ਦੇ ਵਿੱਚ ਕੁਝ ਵੀ ਬੋਲਣ ਦੀ ਕੁਝ ਵੀ ਕਹਿਣ ਦੀ ਦੋ ਵਰਬਸ ਆ ਰਹੀਆਂ ਹੋਣਗੀਆਂ ਇਕ ਦਾ ਟੂ ਸੇ ਇੱਕ ਟੂ ਸਪੀਕ ਬਟ ਟੂ ਸਪੀਕ ਇੱਥੇ ਨਹੀਂ ਆ ਸਕਦਾ ਕਿਉਂਕਿ ਜਿਹੜਾ ਆਪਾਂ ਸਪੀਕ ਵਰਬ ਦੀ ਫਾਰਮ ਯੂਜ਼ ਕਰਾਂਗੇ ਤਾਂ ਸਪੀਕ ਤੋਂ ਬਾਅਦ ਆਪਾਂ ਸਪੀਕ ਕਿਸੇ ਨਾ ਕਿਸੇ ਪਰਸਨ ਨੂੰ ਬੋਲਦੇ ਹੁੰਦੇ ਆ ਤਾਂ ਉਸ ਤੋਂ ਅੱਗੇ ਕੋਈ ਨਾ ਕੋਈ ਪਰਸਨ ਹੋਣਾ ਚਾਹੀਦਾ ਜੇਕਰ ਐਨੀਥਿੰਗ ਦੀ ਜਗ੍ਹਾ ਤੇ ਹਿਮ ਹੁੰਦਾ ਫਿਰ ਆਪਾਂ ਕਹਿੰਦੇ ਟੂ ਸਪੀਕ ਹਿਮ ਜਾਂ ਹਰ ਹੁੰਦਾ ਟੂ ਸਪੀਕ ਹਰ ਟੂ ਸਪੀਕ ਥੈਮ ਬਟ ਇੱਥੇ ਹੈਗਾ ਐਨੀਥਿੰਗ ਮਤਲਬ ਕਿ ਟੂ ਸੇ to say anything nobody dared ਕਿਸੇ ਨੇ ਵੀ ਹਿੰਮਤ ਨਹੀਂ ਕੀਤੀ to say anything ਕੁਝ ਵੀ ਕਹਿਣ ਦੀ ਹਨਾ we were all afraid to speak ਅਸੀਂ ਸਾਰੇ ਬੋਲਣ ਤੋਂ ਡਰਦੇ ਸੀ nobody dared to say anything ਕਿਸੇ ਨੇ ਵੀ ਕੁਝ ਕਹਿਣ ਦੀ ਹਿੰਮਤ ਨਹੀਂ ਕੀਤੀ so ਦੇਖੋ ਇਹ ਤੁਸੀਂ ਆਪਣੇ ਅੱਛਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਇੰਨਾ ਚੋਂ ਇੰਨਾ ਜੋ ਇਸ ਦੀ ਜਗ੍ਹਾ ਤੇ ਕੁਝ ਹੋਰ ਵੀ ਆ ਸਕਦਾ ਹੈ ਸੈਂਸ ਬਣਦੀ ਹੈ ਤਾਂ ਤੁਸੀਂ ਉਹ ਵੀ ਲਗਾ ਸਕਦੇ ਹੋ ਕਿਉਂਕਿ ਸੈਂਸ ਬਣਨੀ ਜ਼ਰੂਰੀ ਹੈ ਗਲਤ ਨਹੀਂ ਲਗਾਉਣਾ ਸੈਂਟੈਂਸ ਦੀ ਪੂਰੀ ਸੈਂਸ ਬਣਨੀ ਹੈ ਜਿਹੜੀ ਉਹ ਜ਼ਰੂਰੀ ਹੈ ਤੁਸੀਂ ਹੋਰ ਕੋਈ ਫਾਰਮ ਦਾ ਵੀ ਯੂਜ਼ ਆ ਜਿਹੜਾ ਉਹ ਕਰ ਸਕਦੇ ਹੋ ਔਰ ਇਹ ਵਾਲੀਆਂ ਜਿਹੜੀਆਂ ਫਾਰਮਸ ਨੇ ਤੁਸੀਂ ਯਾਦ ਰੱਖਣਾ ਹੈ ਇੰਨਾ ਤੋਂ ਬਾਅਦ ਟੂ ਪਲੱਸ ਵਰਬ ਦੀ ਫਰਸਟ ਫਾਰਮ ਔਰ ਇੰਨਾ ਤੋਂ ਬਾਅਦ ਆਈ ਐਨ ਜੀ ਫਾਰਮ ਦਾ ਪਾ ਯੂਜ਼ ਕਰਦੇ ਆ ਸੋ ਏਸੀ ਆਪਣੀ ਇਸ ਯੂਨਿਟ ਦਾ ਆਪਣਾ ਪਾਰਟ ਸੈਕੰਡ ਐਂਡ ਅੱਗੇ ਦੇਖੋ ਆਪਣੀ ਇਸ ਯੂਨਿਟ ਦਾ ਆਪਾਂ ਅਗਲਾ ਪਾਰਟ ਹੈ ਜਿਹੜਾ ਉਹ ਕਰਦੇ ਆ ਬਿਲਕੁਲ ਆਸਾਨ ਹੈ ਈਜ਼ੀਐਸਟ ਹੈ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਪੁੱਟ ਦਾ ਵਰਬ ਇਨਟੂ ਦਾ ਕਰੈਕਟ ਫਾਰਮ ਕਰੈਕਟ ਫਾਰਮ ਦੇ ਵਿੱਚ ਵਰਬ ਹੈ ਜਿਹੜੀ ਉਹ ਆਪਾਂ ਨੇ ਪੁੱਟ ਕਰਨੀ ਹੈ ਦੇਖੋ ਹਾਲਾਂਕਿ ਮੈਂ ਪਹਿਲਾਂ ਤੋਂ ਕਰ ਦਿੱਤੀਆਂ ਨੇ ਕਿਉਂਕਿ ਬਿਲਕੁਲ ਆਸਾਨ ਹੈ ਮੈਂ ਤੁਹਾਨੂੰ ਸਮਝਾਉਂਦਾ ਜਾਊਂਗਾ ਕਿਸ ਤਰ੍ਹਾਂ ਹੁਣ ਆਪਾਂ ਨੂੰ ਇਹਨਾਂ ਨੇ ਇੱਕ ਸੈਂਟੈਂਸ ਦਿੱਤਾ ਹੈ ਹਰ ਇੱਕ ਸੈਂਟੈਂਸ ਦੇ ਵਿੱਚ ਬਲੈਂਕਸ ਨੇ ਜੋ ਮਤਲਬ ਉਹ ਛੱਡੇ ਹੋਏ ਨੇ ਔਰ ਹਰ ਇੱਕ ਸੈਂਟੈਂਸ ਦੇ ਐਂਡ ਤੇ ਇਹਨਾਂ ਨੇ ਇੱਕ ਵਰਬ ਦਿੱਤੀ ਹੈ ਦੇਖੋ ਇਸ ਸੈਂਟੈਂਸ ਦੀ ਇਹ ਵਰਬ ਰਹੀ ਇਸ ਦੀ ਇਹ ਰਹੀ ਇਸ ਦੀ ਇਹ ਹਰ ਇੱਕ ਸੈਂਟੈਂਸ ਦੇ ਐਂਡ ਤੇ ਵਰਬ ਦਿੱਤੀ ਹੈ ਜਿਹੜੀ ਉਹ ਵਰਬ ਹੈ ਉਸ ਨੂੰ ਆਪਾਂ ਬ੍ਰੈਕਟ ਦੇ ਵਿੱਚੋਂ ਚੁੱਕ ਕੇ ਜਿੱਥੇ ਇਹਨਾਂ ਨੇ ਬਲੈਂਕ ਦਿੱਤਾ ਹੈ ਉੱਥੇ ਲਿਆ ਕੇ ਆਪਾਂ ਨੇ ਪੁੱਟ ਕਰਨੀ ਹੈ ਔਰ ਉਸ ਤੋਂ ਬਾਅਦ ਆਪਾਂ ਨੇ ਇਹ ਦੇਖਣਾ ਹੈ ਕਿ ਜਦੋਂ ਵਰਬ ਆਪਾਂ ਉੱਥੇ ਖਾਲੀ ਜਗ੍ਹਾ ਦੇ ਵਿੱਚ ਲਿਆਵਾਂਗੇ ਪੁੱਟ ਕਰਾਂਗੇ ਉਸ ਨੂੰ ਆਪਾਂ ਟੂ ਪਲੱਸ ਵਰਬ ਦੀ ਫਰਸਟ ਫਾਰਮ ਕਰਾਂਗੇ ਜਾਂ ਫਿਰ ਆਈ ਐਨ ਜੀ ਫਾਰਮ ਕਰਾਂਗੇ ਹੁਣ ਉਹ ਕਿਸ ਤਰ੍ਹਾਂ ਕਰਾਂਗੇ ਜਿਹੜੀ ਆਪਣੀ ਬਲੈਂਕਸ ਨੇ ਬਲੈਂਕਸ ਤੋਂ ਪਹਿਲਾਂ ਵੀ ਜਿਹੜੀ ਵਰਬਸ ਨੇ ਉਹ ਦੇਖੋ ਹੈਗੀਆਂ ਜਿਸ ਤਰ੍ਹਾਂ ਇਹ ਬਲੈਂਕ ਤੋਂ ਪਹਿਲਾਂ ਇੰਜੋਏ ਹੈ ਇਸ ਬਲੈਂਕ ਤੋਂ ਪਹਿਲਾਂ ਇਹ ਡਿਸਾਈਡ ਹੈ ਇਸ ਬਲੈਂਕ ਤੋਂ ਪਹਿਲਾਂ ਫੈਂਸੀ ਇਸ ਬਲੈਂਕ ਤੋਂ ਪਹਿਲਾਂ ਮਾਈਂਡ ਹਰ ਇੱਕ ਬਲੈਂਕ ਤੋਂ ਪਹਿਲਾਂ ਇੱਥੇ ਸਟਾਪ ਆ ਗਈ ਵਰਬਸ ਨੇ ਹੁਣ ਜਿਹੜੀਆਂ ਉਹ ਵਰਬਸ ਨੇ ਬਲੈਂਕ ਤੋਂ ਪਹਿਲਾਂ ਵਰਬਸ ਨੇ ਉਹ ਆਪਾਂ ਨਹੀਂ ਦੇਖਣੀਆਂ ਨੇ ਇਹਨਾਂ ਵਿੱਚੋਂ ਨੇ ਜਾਂ ਇਹਨਾਂ ਵਿੱਚੋਂ ਨੇ ਜੇਕਰ ਉਹ ਫਾਰਮਸ ਇਹਨਾਂ ਦੇ ਵਿੱਚੋਂ ਆ ਕਿਉਂਕਿ ਇਹਨਾਂ ਤੋਂ ਬਾਅਦ ਜਿਹੜੀ ਫਾਰਮ ਆਉਂਦੀ ਆਪਾਂ 2+ ਵਰਬ ਦੀ ਫਰਸਟ ਫਾਰਮ ਕਰਦੇ ਆ ਫਿਰ ਤਾਂ ਆਪਾਂ ਜਦੋਂ ਬਰੈਕਟ ਚੋਂ ਲੈ ਕੇ ਆਵਾਂਗੇ ਇੱਥੇ ਤਾਂ 2+ ਵਰਬ ਦੀ ਫਰਸਟ ਫਾਰਮ ਕਰਦਾਂਗੇ ਜੇਕਰ ਇਹਨਾਂ ਚੋਂ ਹੈ ਜੇਕਰ ਏ ਬਲੈਂਕ ਤੋਂ ਪਹਿਲਾਂ ਜਿਹੜੀ ਫਾਰਮ ਹੈ ਉਹ ਇੰਨਾ ਚੋਂ ਹੈ ਫਿਰ ਆਪਾਂ ਜਦੋਂ ਬ੍ਰੈਕਟ ਵਾਲੀ ਲੈ ਕੇ ਆਵਾਂਗੇ ਉਸ ਨੂੰ ਆਈ ਐਨ ਜੀ ਫਾਰਮ ਹੈ ਜਿਹੜੀ ਉਹ ਆਪਾਂ ਕਰ ਦਾਂਗੇ ਬਿਲਕੁਲ ਦੇਖੋ ਈਜ਼ੀ ਹੈ ਇਹ ਫਾਰਮਸ ਤੁਹਾਡੇ ਬਸ ਯਾਦ ਹੋਣੀਆਂ ਚਾਹੀਦੀਆਂ ਨੇ ਦੇਖੋ ਫਰਸਟ ਦੇ ਵਿੱਚ ਕਹਿ ਰਿਹਾ ਵੈਨ ਆਈ ਐਮ ਟਾਇਰਡ ਜਦੋਂ ਮੈਂ ਥੱਕਿਆ ਹੁੰਨਾ ਆਈ ਇੰਜੋਏ ਦੇਖੋ ਇੰਜੋਏ ਆ ਗਈ ਇੰਜੋਏ ਤਾਂ ਆਈ ਇੰਜੋਏ ਤਾਂ ਵਾਚ ਨੂੰ ਵਾਚਿੰਗ ਆਈ ਇੰਜੋਏ ਵਾਚਿੰਗ ਟੈਲੀਵਿਜ਼ਨ ਇਟਸ ਰਿਲੈਕਸਿੰਗ ਵੀ ਮੈਂ ਟੈਲੀਵਿਜ਼ਨ ਦੇਖਦਾ ਇਹ ਬਹੁਤ ਜ਼ਿਆਦਾ ਰਿਲੈਕਸਿੰਗ ਹੈ ਸੈਕਿੰਡ ਆਈ ਹੈਵ ਡਿਸਾਈਡਡ ਦੇਖੋ ਡਿਸਾਈਡ ਡਿਸਾਈਡ ਆ ਗਿਆ ਇਹਨਾਂ ਦੇ ਵਿੱਚੋਂ ਆ ਗਿਆ ਦੇਖੋ ਇੱਥੇ ਡਿਸਾਈਡ ਹੋਏਗਾ ਕਿਤੇ ਆਪਾਂ ਲੱਭ ਲੈਣੇ ਆ ਡਿਸਾਈਡ ਇੱਥੇ ਇਹ ਦੇਖੋ ਇਹ ਆ ਗਿਆ ਡਿਸਾਈਡ ਡਿਸਾਈਡ ਤੋਂ ਬਾਅਦ ਆਪਾਂ ਟੂ ਪਲਸ ਵਰਬ ਦੀ ਫਰਸਟ ਫਾਰਮ ਯੂਜ਼ ਕਰਦੇ ਆ ਤਾਂ ਲੁੱਕ ਨੂੰ ਆਪਾਂ ਨੇ ਟੂ ਲੁੱਕ ਜਿਹੜਾ ਉਹ ਕਰਤਾ ਆਈ ਹੈਵ ਡਿਸਾਈਡਡ ਟੂ ਲੁੱਕ ਫਾਰ ਲੁੱਕ ਫਾਰ ਮਤਲਬ ਕਿ ਲੱਭਣਾ ਅਨਦਰ ਜੌਬ ਮਤਲਬ ਕਿ ਮੈਂ ਹੋਰ ਜੌਬ ਲੱਭੂਗਾ ਕਹਿੰਦਾ ਮੈਂ ਇਹ ਡਿਸਾਈਡ ਕਰ ਲਿਆ ਆਈ ਨੀਡ ਅ ਚੇਂਜ ਮੈਨੂੰ ਚੇਂਜ ਦੀ ਜ਼ਰੂਰਤ ਹੈ ਅਗਲਾ ਥਰਡ ਲੈਟਸ ਗੈਟ ਅ ਟੈਕਸੀ ਚਲੋ ਕੋਈ ਨਾ ਟੈਕਸੀ ਲੈ ਲੈਨੇ ਆਈ ਡੋਨਟ ਫੈਂਸੀ ਫੈਂਸੀ ਇਧਰ ਹੈ ਤਾਂ ਫੈਂਸੀ ਦੇ ਨਾਲ ਆਪਾਂ ਆਈ ਐਨ ਜੀ ਫਾਰਮ ਤਾਂ ਵਾਕ ਨੂੰ ਵਾਕਿੰਗ ਆਈ ਡੋਨਟ ਫੈਂਸੀ ਵਾਕਿੰਗ ਹੋਮ ਕਹਿੰਦਾ ਮੈਂ ਘਰੇ ਜਾਣ ਦਾ ਤੁਰਕੇ ਜਾਣ ਦਾ ਮਤਲਬ ਹੁਣ ਮੇਰੇ ਚ ਹਿੰਮਤ ਹੈ ਜਿਹੜੀ ਉਹ ਨਹੀਂ ਹੈਗੀ ਫੈਂਸੀ ਹੁੰਦੀ ਹੈ ਸਾਹਸ ਹੋਣਾ ਜਾਂ ਹਿੰਮਤ ਹੋਣੀ ਚੌਥਾ ਆਮ ਨਾਟ ਇਨ ਅ ਹਰੀ ਕਹਿੰਦਾ ਮੈਨੂੰ ਕੋਈ ਜਲਦਬਾਜ਼ੀ ਹੈ ਜਿਹੜੀ ਉਹ ਜਲਦੀ ਨਹੀਂ ਹੈਗੀ ਆਈ ਡੋਨਟ ਮਾਈਂਡ ਉਸ ਤੋਂ ਬਾਅਦ ਹੈ ਵੇਟ ਕਹਿੰਦਾ ਮੈਨੂੰ ਵੇਟ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਆਈ ਡੋਨਟ ਮਾਈਂਡ ਦੇਖੋ ਮਾਈਂਡ ਵੀ ਇੱਧਰ ਹੈ ਤਾਂ ਮਾਈਂਡ ਦੇ ਨਾਲ ਵੀ ਵੇਟ ਵੇਟਿੰਗ ਆ ਗਿਆ ਪੰਜਵਾਂ ਟੀਨਾ ਰੈਨ ਇਨ ਅ ਮੈਰਾਥਨ ਲਾਸਟ ਵੀਕ ਲਾਸਟ ਵੀਕ ਯਾਨੀ ਟੀਨਾ ਉਹ ਮੈਰਾਥਨ ਦੇ ਵਿੱਚ ਦੌੜੀ ਸੀ ਮੈਰਾਥਨ ਹੁੰਦੀ ਹੈ ਇੱਕ ਲੰਬੀ ਰੇਸ ਬਹੁਤ ਲੰਬੀ ਰੇਸ ਜਿਹੜੀ ਆਪਾਂ ਆਮ ਦੇਖਦੇ ਆਂ ਸੜਕਾਂ ਦੇ ਉੱਪਰ ਮਤਲਬ ਹੁੰਦੀ ਹੈ ਜਿਹੜੀ ਰੇਸ ਉਸ ਨੂੰ ਮੈਰਾਥਨ ਬੋਲਦੇ ਨੇ ਉਸ ਦੇ ਵਿੱਚ ਦੌੜੀ ਸੀ ਬਟ ਸ਼ੀ ਫੇਲਡ ਪਰ ਉਹ ਫੇਲ ਹੋ ਗਈ ਫਿਨਿਸ਼ ਕੇ ਇਸ ਨੂੰ ਖਤਮ ਕਰਨ ਦੇ ਵਿੱਚ ਮਤਲਬ ਕਿ ਉਸ ਤੋਂ ਰੇਸ ਹੈ ਜਿਹੜੀ ਫਿਨਿਸ਼ ਨਹੀਂ ਹੋਈ ਹੁਣ ਇਹ ਫੇਲ ਫੇਲ ਦੇਖੋ ਇਹਨਾਂ ਦੇ ਵਿੱਚੋਂ ਹੈ ਫੇਲ ਤਾਂ ਕਰਕੇ ਇੱਥੇ ਆਪਾਂ ਫੇਲ ਦੇ ਨਾਲ ਇਹ ਰਹੀ ਫੇਲ ਤਾਂ ਕਰਕੇ ਆਪਾਂ ਇੱਥੇ ਜਿਹੜੀ ਫਿਨਿਸ਼ ਹੈ ਟੂ ਫਿਨਿਸ਼ ਸ਼ੇਮਾ आई विश दैट डॉग वुड स्टॉप केना मैं विश ਕਰਦਾ ਕਿ ਜਿਹੜਾ ਉਹ ਡੌਗ ਹੈ ਉਹ ਸਟਾਪ ਹੋ ਜਾਏ ਕਿ ਬਾਰਕ ਵੀ ਉਹ ਭੌਂਕਣਾ ਬੰਦ ਹੋ ਜਾਏ ਇਟਸ ਅ ਡਰਾਈਵਿੰਗ ਮੀ ਕ੍ਰੇਜ਼ੀ ਮੈਨੂੰ ਮਤਲਬ ਪੂਰਾ ਪਾਗਲ ਕਰ ਰੱਖਿਆ ਕਹਿੰਦਾ ਉਸਨੇ ਹੁਣ ਦੇਖੋ ਸਟਾਪ ਸਟਾਪ ਇਹਨਾਂ ਦੇ ਵਿੱਚ ਰਹੀ ਇਹ ਰਹੀ ਸਟਾਪ ਤਾਂ ਕਰਕੇ ਇਸ ਨੂੰ ਬਾਰਕਿੰਗ ਸਟਾਪ ਬਾਰਕਿੰਗ ਸਤਵਾਂ ਆਰ ਨੈਵਰ ਜਿਹੜਾ ਸਾਡਾ ਗਵੰਡੀ ਹੈ ਥ੍ਰੈਟਨਡ ਹੁੰਦਾ ਮਤਲਬ ਕਿ ਧਮਕੀ ਦੇਣਾ ਉਹਨੇ ਸਾਨੂੰ ਧਮਕੀ ਦਿੱਤੀ ਕੀ ਧਮਕੀ ਦਿੱਤੀ ਕਾਲ ਦਾ ਪੁਲਿਸ ਇਫ ਵੀ ਡੋਂਟ ਸਟਾਪ ਦਾ ਨੁਆਇਸ ਜੇਕਰ ਅਸੀਂ ਨੇ ਰੌਲਾ ਰਪਾ ਬੰਦ ਨਾ ਕਰਿਆ ਤਾਂ ਪੁਲਿਸ ਨੂੰ ਕਾਲ ਕਰੂਗਾ ਹੁਣ ਇੱਥੇ ਕੀ ਹੈ ਥ੍ਰੈਟਨਡ ਤਾਂ ਥ੍ਰੈਟਨਡ ਦੇਖੋ ਇਹਨਾਂ ਦੇ ਵਿੱਚੋਂ ਹੈ ਤਾਂ ਕਰਕੇ ਇੱਥੇ ਆਪਾਂ ਕਾਲ ਦਾ ਟੂ ਕਾਲ ਹੈ ਜਿਹੜਾ ਉਹ ਕਰ ਦਾਂਗੇ ਅੱਠਵਾਂ ਵੀ ਵਰ ਹੰਗਰੀ ਅਸੀਂ ਕਹਿੰਦਾ ਭੁੱਖੇ ਸੀਗੇ ਸੋ ਆਈ ਸੁਜੈਸਟਡ ਤਾਂ ਮੈਂ ਸਲਾਹ ਦਿੱਤੀ ਤਾਂ ਹੈਵ ਸੋ ਆਈ ਸੁਜੈਸਟਡ ਹੈਵਿੰਗ ਡਿਨਰ ਅਰਲੀ ਕਿ ਆਪਾਂ ਡਿਨਰ ਹੈ ਜਿਹੜਾ ਉਹ ਜਲਦੀ ਕਰ ਲੈਣੇ ਆ ਹੈਵਿੰਗ ਬਣ ਗਿਆ ਹੈਵ ਦਾ ਕਿਉਂਕਿ ਸੁਜੈਸਟਡ ਸੁਜੈਸਟ ਦੀ ਫਾਰਮ ਹੈ ਇਧਰ ਆ ਦੇਖੋ ਸੁਜੈਸਟ ਅਗਲਾ ਹਰ ਯਪ ਕਹਿੰਦਾ ਜਲਦੀ ਕਰੋ ਆਈ ਡੋਨਟ ਵਾਂਟ ਟੂ ਰਿਸਕ ਕਹਿੰਨਾ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਮਿਸ ਆਈ ਡੋਨਟ ਵਾਂਟ ਟੂ ਰਿਸਕ ਮਿਸਿੰਗ ਦਾ ਟ੍ਰੇਨ ਕਿ ਟ੍ਰੇਨ ਮਿਸ ਹੋ ਜੇ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਇੱਥੇ ਰਿਸਕ ਸੀ ਰਿਸਕ ਸੀ ਰਿਸਕ ਇਧਰੋਂ ਹੈ ਤਾਂ ਕਰਕੇ ਆਪਾਂ ਇੱਥੇ ਮਿਸ ਦਾ ਮਿਸਿੰਗ ਕਰਤਾ 10ਵਾਂ ਦੇ ਡਿਡਨਟ ਨੋ ਹਨਾ ਕਿ ਉਹ ਨਹੀਂ ਜਾਣਦੇ ਸੀਗੇ ਆਈ ਵਾਸ ਲਿਸਨਿੰਗ ਟੂ ਥੈਮ ਕਿ ਮੈਂ ਉਹਨਾਂ ਨੂੰ ਸੁਣ ਰਿਹਾ ਸੀਗਾ ਆਈ ਪ੍ਰੀਟੈਂਡਡ ਮੈਂ ਬਹਾਨਾ ਬਣਾਇਆ ਪ੍ਰੀਟੈਂਡ ਹੁੰਦਾ ਬਹਾਨਾ ਬਣਾਉਣਾ ਕਹਿੰਦਾ ਮੈਂ ਉਹੀ ਬਹਾਨਾ ਬਣਾਤਾ ਅਸਲੀਪ ਕਿ ਮੈਂ ਸੁੱਤਾ ਪਿਆ ਬੀ ਦੇਖੋ ਪ੍ਰੀਟੈਂਡ ਪ੍ਰੀਟੈਂਡ ਇਧਰੋਂ ਹੈ ਪ੍ਰੀਟੈਂਡ ਮਤਲਬ ਕਿ ਬਹਾਨਾ ਬਣਾਉਣਾ ਪ੍ਰੀਟੈਂਡ ਤਾਂ ਕਰਕੇ 2+ ਵਰਦੀ ਫਸਟ ਫਾਰਮ ਟੂ ਬੀ ਅਸਲੀਪ ਕਹਿੰਦਾ ਮੈਂ ਬੈਸੀ ਬਹਾਨਾ ਬਣਾਤਾ ਮਤਲਬ ਉਹਨਾਂ ਨੂੰ ਦਿਖਾਉਣ ਦੇ ਮਾਰੇ ਨੇ ਕਿ ਮੈਂ ਸੁੱਤਾ ਪਿਆ ਉਹਨਾਂ ਦੀ ਗੱਲਾਂ ਨਹੀਂ ਸੁਣ ਰਿਹਾ ਹਾਲਾਂਕਿ ਮੈਂ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਸੋ ਇਹ ਜਿਹੜੀ ਆਪਣੀ 54.3 ਐਸ ਦੇ ਵਿੱਚ ਤਾਂ ਬਿਲਕੁਲ ਕੁਝ ਵੀ ਨਹੀਂ ਬਲੈਂਕ ਤੋਂ ਪਹਿਲਾਂ ਤੁਸੀ ਨੂੰ ਵਰਬ ਦੇਖਣੀ ਹੈ ਇਹ ਵਰਬਸ ਤੁਹਾਡੇ ਯਾਦ ਹੋਣੀਆਂ ਚਾਹੀਦੀਆਂ ਨੇ ਕਿ ਟੂ ਇਨਫਿਨੀਟਿਵ ਆਏਗੀ ਜਾਂ ਫਿਰ ਆਈ ਐਨ ਜੀ ਫਾਰਮ ਆਏਗੀ ਉਸ ਹਿਸਾਬ ਨਾਲ ਬਰੈਕਟ ਦੇ ਵਿੱਚੋਂ ਚੱਕ ਕੇ ਲਿਆ ਕੇ ਆਪਾਂ ਉੱਥੇ ਬਲੈਂਕ ਦੇ ਵਿੱਚ ਉਸ ਨੂੰ ਟੂ ਪਲੱਸ ਵਰਬ ਦੀ ਫਰਸਟ ਫਾਰਮ ਕਰ ਦੇਣਾ ਜੇਕਰ ਇਹਨਾਂ 'ਚੋਂ ਆਏ ਜੇਕਰ ਇਹਨਾਂ 'ਚੋਂ ਆ ਤਾਂ ਆਈ ਐਨ ਜੀ ਫਾਰਮ ਕਰ ਦੇਣਾ ਸ ਤੇ ਹੁਣ ਆਪਣੀ ਇਸ ਯੂਨਿਟ ਦਾ ਫੋਰਥ ਪਾਰਟ ਹੈ ਜਿਹੜਾ ਆਪਾਂ ਉਹ ਕਰਦੇ ਆਂ ਦੇਖੋ ਇਹ ਵੀ ਬਿਲਕੁਲ ਆਸਾਨ ਹੈ ਬਟ ਥੋੜਾ ਸਮਝਣ ਵਾਲਾ ਹੈ ਇਸ ਦੇ ਵਿੱਚ ਕਰਨਾ ਕੀ ਹੈ ਦੇਖੋ ਇਸ ਦੇ ਵਿੱਚ ਇਹਨਾਂ ਨੇ ਕਿਹਾ ਆਪਾਂ ਨੂੰ మేਕ ਅ ਨਿਊ ਸੈਂਟੈਂਸ ਨਵਾਂ ਸੈਂਟੈਂਸ ਬਣਾਓ ਯੂジング ਦਾ ਵਰਬ ਇਨ ਬ੍ਰੈਕਟ ਪਹਿਲਾਂ ਆਪਾਂ ਨੂੰ ਇਹਨਾਂ ਨੇ ਸੈਂਟੈਂਸ ਦੇਖੋ ਇਹ ਸੈਂਟੈਂਸ ਸਾਰੇ ਪਹਿਲਾਂ ਬਣੇ ਹੋਏ ਨੇ ਆਪਾਂ ਨੇ ਇੱਕ ਨਵਾਂ ਸੈਂਟੈਂਸ ਹੋਰ ਬਣਾਉਣਾ ਹੈ ਜਿਹੜੀ ਇਹ ਬ੍ਰੈਕਟ ਦੇ ਵਿੱਚ ਵਰਬ ਹੈ ਇਸ ਨੂੰ ਆਪਾਂ ਨੇ ਯੂਜ਼ ਕਰਨਾ ਹੈ ਹੁਣ ਤੁਸੀਂ ਸਟਰਕਚਰ ਕੀ ਬਣਾਉਣਾ ਹੈ ਦੇਖੋ ਬਿਲਕੁਲ ਆਸਾਨ ਹੈ ਸਾਰੇ ਦੇ ਵਿੱਚ ਤੁਸੀਂ ਇਹ ਸਟਰਕਚਰ ਯਾਦ ਰੱਖਣਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਸਬਜੈਕਟ ਦਾ ਯੂਜ਼ ਕਰੋਗੇ ਔਰ ਸਬਜੈਕਟ ਕਿਹੜਾ ਸਬਜੈਕਟ ਇਸ ਦੇ ਵਿੱਚੋਂ ਜਿਸ ਤਰ੍ਹਾਂ ਕਿ ਇਸ ਦੇ ਵਿੱਚ ਯੂ ਆ ਗਿਆ ਟੌਮ ਆ ਗਿਆ ਇਸ ਦੇ ਵਿੱਚ ਯੂ ਆ ਗਿਆ ਇਸ ਦੇ ਵਿੱਚ ਮਾਈ ਇੰਗਲਿਸ਼ ਆ ਗਿਆ ਇਸ ਦੇ ਵਿੱਚ ਦੈਟ ਕਾਰ ਇਹ ਸਬਜੈਕਟ ਹੈ ਇਸ ਦੇ ਵਿੱਚ ਡੇਵਿਡ ਔਰ ਇਸ ਦੇ ਵਿੱਚ ਦੇ ਆ ਗਿਆ ਏ ਸਬਜੈਕਟ ਸਭ ਤੋਂ ਪਹਿਲਾਂ ਯੂਜ਼ ਕਰਨਾ ਹੈ ਆਪਾਂ ਨੇ ਪਲੱਸ ਉਸ ਤੋਂ ਬਾਅਦ ਬ੍ਰੈਕਟ ਵਰਬ ਉਸ ਤੋਂ ਬਾਅਦ ਆ ਬ੍ਰੈਕਟ ਵਾਲੀ ਵਰਬ ਹੈ ਜਿਹੜੀ ਉਹ ਯੂਜ਼ ਕਰਨੀ ਹੈ ਇਹ ਬ੍ਰੈਕਟ ਵਾਲੀ ਵਰਬ ਆਪਾਂ ਨੇ ਉਸੇ ਤਰ੍ਹਾਂ ਯੂਜ਼ ਕਰਨੀ ਹੈ ਜੇਕਰ ਆਪਣਾ ਸਬਜੈਕਟ ਆਈ ਵੀ ਯੂ ਦੇ ਮਤਲਬ ਪਲਿਊਰਲ ਹੈ ਫਿਰ ਤਾਂ ਆਪਾਂ ਨੇ ਵਰਬ ਦੀ ਫਰਸਟ ਫਾਰਮ ਯੂਜ਼ ਕਰਨੀ ਹੈ ਜੇਕਰ ਜੇਕਰ ਹੀ ਸ਼ੀ ਇਟ ਜਾਂ ਕੋਈ ਸਿੰਗੂਲਰ ਹੈ ਫਿਰ ਆਪਾਂ ਨੇ ਵਰਬ ਦੀ ਫਰਸਟ ਫਾਰਮ ਦੇ ਨਾਲ ਆਪਾਂ ਦੇਖਣਾ ਐਸ ਜਾਂ ਫਿਰ ਈਐਸ ਦਾ ਯੂਜ਼ ਹੈ ਜਿਹੜਾ ਉਹ ਆਪਾਂ ਨੇ ਕਰਨਾ ਹੈ ਇਹ ਯਾਦ ਰੱਖਣਾ ਹੈ ਉਸ ਤੋਂ ਬਾਅਦ ਆਪਾਂ ਨੇ 2 ਦਾ ਯੂਜ਼ ਕਰਨਾ ਹੈ 2 ਦਾ ਹੀ ਯੂਜ਼ ਕਰਨਾ ਹੈ 2 ਪਲੱਸ ਵਰਬ ਦੀ ਫਰਸਟ ਫਾਰਮ ਜਿਹੜਾ ਉਸ ਤੋਂ ਬਾਅਦ ਆਪਾਂ ਨੇ 2 ਪਲੱਸ ਵਰਬ ਦੀ ਫਰਸਟ ਫਾਰਮ ਦਾ ਯੂਜ਼ ਕਰਨਾ ਹੈ ਉਹ ਆਪਾਂ ਨੇ ਇਹ ਸੈਂਟੈਂਸ ਦੇ ਵਿੱਚੋਂ ਕਰਨਾ ਹੈ ਔਰ ਇਸ ਸੈਂਟੈਂਸ ਦੇ ਵਿੱਚੋਂ ਆਫਟਰ ਸਬਜੈਕਟ ਜਿਹੜੀ ਵੀ ਵਰਬ ਹੈ ਆਪਾਂ ਉਸ ਵਰਬ ਨੂੰ ਇੱਥੇ 2 ਪਲੱਸ ਵਰਬ ਦੀ ਫਰਸਟ ਫਾਰਮ ਲਿਖਣਾ ਹੈ ਮਤਲਬ ਕਿ ਬੇਸ਼ੱਕ ਹੈਲਪਿੰਗ ਵਰਬ ਹੋਵੇ ਬੇਸ਼ੱਕ ਮੇਨ ਵਰਬ ਹੋਵੇ ਜ਼ਰੂਰੀ ਨਹੀਂ ਕਿ ਮੇਨ ਵਰਬ ਹੀ ਜੇਕਰ ਹੈਲਪਿੰਗ ਵਰਬ ਹੈ ਆਫਟਰ ਸਬਜੈਕਟ ਉਸੇ ਵਰਬ ਨੂੰ ਆਪਾਂ ਨੇ 2 ਪਲੱਸ ਵਰਬ ਦੀ ਫਰਸਟ ਫਾਰਮ ਦਾ ਯੂਜ਼ ਕਰਨਾ ਹੈ ਔਰ ਉਸ ਤੋਂ ਬਾਅਦ ਬਾਕੀ ਰੈਸਟ ਪਾਰਟ ਸਾਰਾ ਜਿਹੜਾ ਆਪਾਂ ਨੇ ਇਸ ਤਰ੍ਹਾਂ ਐਜ਼ ਇਟ ਜਿਸ ਤਰ੍ਹਾਂ ਇੱਥੇ ਲਿਖਿਆ ਹੋਇਆ ਉਸੇ ਤਰ੍ਹਾਂ ਆਪਾਂ ਨੇ ਲਿਖਦੇ ਨੇ ਦੇਖੋ ਜਦੋਂ ਬਣਾਓਗੇ ਹੋਰ ਬੈਟਰ ਸਮਝੋਗੇ ਆਪਾਂ ਮੰਨ ਲਓ ਫਰਸਟ ਬਣਾਉਣੇ ਆ ਫਰਸਟ ਦੇ ਵਿੱਚ ਹੈ ਯੂ ਹੈਵ ਲੋਸਟ weight ਵੀ ਤੁਸੀਂ ਆਪਣਾ weight ਹੈ ਜਿਹੜਾ ਉਹ ਲੋਸਟ ਮਤਲਬ ਕਿ weight ਕੱਟ ਚੁੱਕੇ ਹੋ ਹਨਾ ਸੀਮ ਤਾਂ ਸੀਮ ਦਾ ਮਤਲਬ ਪ੍ਰਤੀਤ ਹੋਣਾ ਤਾਂ ਇਹਦਾ ਮਤਲਬ ਇੱਥੇ ਇਹ ਕਹੂਗਾ ਕਿ ਇੰਜ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਆਪਣਾ weight ਹੈ ਜਿਹੜਾ ਉਹ ਕੱਟ ਕਰ ਚੁੱਕੇ ਹੋ ਮਤਲਬ ਕਿ ਸਭ ਤੋਂ ਪਹਿਲਾਂ ਸਬਜੈਕਟ ਕੀ ਇੱਥੇ ਯੂ ਹੈ ਦੇਖੋ ਤਾਂ ਆਪਾਂ ਕਹਾਂਗੇ ਯੂ ਯੂ ਉਸ ਤੋਂ ਬਾਅਦ ਆਪਾਂ ਡਾਇਰੈਕਟ ਵਾਲੀ ਵਰਬ ਸੀਮ ਯੂ ਦੇ ਨਾਲ ਵਰਬ ਦੀ ਫਰਸਟ ਫਾਰਮ ਦਾ ਹੀ ਯੂਜ਼ ਹੋਏਗਾ ਐਸ ਜੀ ਐਸ ਨਹੀਂ ਲੱਗੇਗਾ you seem ਉਸ ਤੋਂ ਬਾਅਦ 2 ਪਲੱਸ ਵਰਬ ਦੀ ਫਰਸਟ ਫਾਰਮ ਯੂਜ਼ ਕਰਨਾ ਹੈ ਇੱਥੇ ਆਫਟਰ ਸਬਜੈਕਟ ਵਰਬ ਕਿਹੜੀ ਹੈ ਹੈਵ ਮਤਲਬ ਕਿ ਲੌਸਟ ਨਹੀਂ ਹੈਵ ਹੈਲਪਿੰਗ ਵਰਬ ਹੈ ਹੈਵ ਯੂ ਹੈਵ ਤਾਂ ਆਪਾਂ 2 ਹੈਵ ਲਿਖਾਂਗੇ ਤਾਂ ਕਰਾਂਗੇ ਯੂ ਸੀਮ ਟੂ ਹੈਵ ਟੂ ਹੈਵ ਬਾਕੀ ਉਸ ਤੋਂ ਬਾਅਦ ਸਾਰਾ ਰੈਸਟ ਪਾਰਟ ਟੂ ਹੈਵ ਲੌਸਟ weight ਤਾਂ ਇੱਥੇ ਆ ਜਾਏਗਾ ਲੌਸਟ weight ਇਹ ਦੇਖੋ ਇਹ ਸੈਂਟੈਂਸ ਕੰਪਲੀਟ ਹੋ ਗਿਆ ਅਗਲਾ ਟੌਮ ਇਜ਼ ਵਰਡ ਅਬਾਊਟ ਸਮਥਿੰਗ ਟੌਮ ਮਤਲਬ ਕਿਸੇ ਗੱਲ ਤੋਂ ਮਤਲਬ ਕਿ ਡਰਿਆ ਹੋਇਆ ਤਾਂ ਸਬਜੈਕਟ ਕੀ ਹੈ ਟੌਮ ਸਭ ਤੋਂ ਵੱਲੇ ਟੌਮ ਆਏਗਾ ਟੌਮ ਇੱਥੇ ਹੈਗਾ ਅਪੀਅਰ ਤਾਂ ਇਹ ਵੀ ਦੇਖੋ ਇੱਕੋ ਗੱਲ ਦੀ ਬਾਤ ਹੈ ਟੌਮ ਕਿਸੇ ਗੱਲ ਤੋਂ ਡਰਿਆ ਹੋਇਆ ਤਾਂ ਇਸ ਦਾ ਮਤਲਬ ਜਿਹੜਾ ਆਪਾਂ ਬਣਾਵਾਂਗੇ ਬਣ ਜੂਗਾ ਕਿ ਟੌਮ ਕਿਸੇ ਗੱਲ ਤੋਂ ਡਰਿਆ ਹੋਇਆ ਪ੍ਰਤੀਤ ਹੁੰਦਾ ਅਪੀਅਰ ਹੁੰਦਾ ਪ੍ਰਤੀਤ ਹੋਣਾ ਹਨਾ ਤਾਂ ਟੌਮ ਤੋਂ ਬਾਅਦ ਆਪਾਂ ਬਰੈਕਟ ਵਾਲੀ ਵਰਬ ਹੈ ਜਿਹੜੀ ਅਪੀਅਰ ਕਿਉਂਕਿ ਟੌਮ ਸਿੰਗੂਲਰ ਹੈ ਤਾਂ ਅਪੀਅਰਸ ਟੌਮ appears ਉਸ ਤੋਂ ਬਾਅਦ ਟੂ ਪਲੱਸ ਵਰਬ ਦੀ ਫਰਸਟ ਫਾਰਮ ਇੱਥੇ ਟੂ ਪਲੱਸ ਵਰਬ ਦੀ ਫਰਸਟ ਫਾਰਮ ਕੀ ਹੈ ਇਜ਼ ਹੈ ਹੈਲਪਿੰਗ ਵਰਬ ਆਪਾਂ ਆਫਟਰ ਸਬਜੈਕਟ ਵਾਲੀ ਹੀ ਦੇਖਣੀ ਹੈ ਪਹਿਲੀ ਜਿਹੜੀ ਵੀ ਹੋਵੇ ਹੈਲਪਿੰਗ ਹੋਵੇ ਚਾਹੇ ਮੇਨ ਹੋਵੇ ਤਾਂ ਇਜ਼ ਹੈ ਕਿਉਂਕਿ ਹੁਣ ਆਪਾਂ ਦੇਖੋ ਟੂ ਤੋਂ ਬਾਅਦ ਟੂ ਤੋਂ ਬਾਅਦ ਇਜ਼ ਦਾ ਯੂਜ਼ ਤਾਂ ਕਰ ਨਹੀਂ ਸਕਦੇ ਇਹ ਤਾਂ ਕਦੇ ਵੀ ਨਹੀਂ ਹੁੰਦਾ ਟੂ ਇਜ਼ ਤਾਂ ਆਪਾਂ ਇਜ਼ ਐਮ ਆਰ ਦੀ ਜਾਂ ਬਾਜ਼ ਵਰਬ ਦੀ ਜਿਹੜੀ ਆਪਾਂ ਬੀ ਦੀ ਫਾਰਮ ਹੈ ਬੀ ਲਵਾਂਗੇ ਕਿਉਂਕਿ ਬੀ ਤੋਂ ਬਣੀਆਂ ਨੇ ਇਹ ਤਾਂ ਇਹਨਾਂ ਦੀ ਬੀ ਫਾਰਮ ਹੁੰਦੀ ਹੈ ਤਾਂ ਇੱਥੇ ਆਪਾਂ ਬੀ ਕਰ ਦਾਂਗੇ टू बी उस तो बाद बाकी सारा रेस्ट पार्ट वरिड अबाउट समथिंग वरीड अबाउट अबाउट समथिंग बाकी सारा सेम आ जाएगा देखो ये अपनाटेंस कंप्लीट है अगला you know a lot of people ਤੁਸੀਂ ਕਹਿੰਦੇ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋ ਸੀਮ ਤਾਂ ਇੱਥੇ ਵੀ ਹੋਗਾ ਇੱਥੇ ਮਤਲਬ ਇਸ ਦਾ ਮਤਲਬ ਬਣ ਜੂਗਾ ਕਿ ਤੁਸੀਂ ਇੰਦ ਪ੍ਰਤੀਤ ਹੁੰਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹੋ ਤਾਂ ਦੇਖੋ ਯੂ ਸਬਜੈਕਟ ਆ ਗਿਆ ਤਾਂ ਯੂ ਯੂ ਤੋਂ ਬਾਅਦ ਬ੍ਰੈਕਟ ਵਾਲੀ ਫਾਰਮ ਸੀਮ ਐਸ ਜੀ ਐਸ ਨਹੀਂ ਲੱਗੇਗਾ ਕਲੀ ਸੀਮ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਟੂ ਪਲੱਸ ਵਰਬ ਦੀ ਫਰਸਟ ਫਾਰਮ ਇੱਥੇ ਸਬਜੈਕਟ ਤੋਂ ਆਫਟਰ ਬਾਅਦ ਨੋ ਮਤਲਬ ਕੋਈ ਹੈਲਪਿੰਗ ਵਰਬ ਨਹੀਂ ਸਿੱਧਾ ਨੋ ਹੈ ਤਾਂ ਟੂ ਪਲੱਸ ਵਰਬ ਦੀ ਫਰਸਟ ਫਾਰਮ ਟੂ ਨੋ ਟੂ no us to baad last baki part jehda ki reh gaya a lot of people to know a lot of people dekho ye complete ho gaya sare is tarah banai jao agle tusi video nu pause karke khud banao sare baki apan match karange my english is getting better my english subject my english my ਮਾਈ ਇੰਗਲਿਸ਼ ਮਾਈ ਇੰਗਲਿਸ਼ ਤੋਂ ਬਾਅਦ ਬ੍ਰੈਕਟ ਵਾਲੀ ਸੀਮ ਹੁਣ ਮਾਈ ਇੰਗਲਿਸ਼ ਸਿੰਗੂਲਰ ਹੈ ਮਾਈ ਇੰਗਲਿਸ਼ ਸੀਮਸ ਮਾਈ ਇੰਗਲਿਸ਼ ਸੀਮਸ ਆ ਗਿਆ ਹੈ ਨਾ ਮਾਈ ਇੰਗਲਿਸ਼ ਸੀਮਸ 2+ ਵਰਬ ਦੀ ਫਸਟ ਫਾਰਮ ਤਾਂ ਇੱਥੇ ਇਜ਼ ਹੈ ਤਾਂ ਇੱਥੇ ਵੀ ਦੇਖੋ ਬੀ ਫਾਰਮ ਇਹਦੀ ਆਏਗੀ ਟੂ ਬੀ ਮਾਈ ਇੰਗਲਿਸ਼ ਸੀਮਸ ਟੂ ਬੀ ਬਾਕੀ ਬਚ ਗਿਆ ਗੈਟਿੰਗ ਬੈਟਰ ਟੂ ਬੀ ਗੈਟਿੰਗ ਬੈਟਰ ਦੇਖੋ ਇਹ ਆਪਣਾ ਕੰਪਲੀਟ ਆਨਸਰ ਅਗਲਾ ਦੇਖੋ that car has broken down ਉਹ ਕਾਰ ਆ ਜਿਹੜੀ ਮਤਲਬ ਕਿ ਬ੍ਰੋਕਨ ਡਾਊਨ ਖਰਾਬ ਹੋ ਗਈ ਅਪੀਅਰ ਹੈ ਤਾਂ that car ਸਬਜੈਕਟ ਕੀ ਹੈ that car that car ਉਸ ਤੋਂ ਬਾਅਦ ਆਪਾਂ ਬ੍ਰੈਕਟ ਵਾਲੀ ਵਰਬ ਕੀ ਹੈ ਅਪੀਅਰ that car ਦੇ ਨਾਲ ਕਿਉਂਕਿ ਸਿੰਗੂਲਰ ਹੈ that car ਅਪੀਅਰਸ ਉਸ ਤੋਂ ਬਾਅਦ ਟੂ ਪਲਸ ਵਰਬ ਦੀ ਫਰਸਟ ਫਾਰਮ ਇੱਥੇ ਕੀ ਹੈ ਦੇਖੋ ਹੈਜ਼ ਮਤਲਬ ਕਿ ਹੈਜ਼ ਹੈਵ ਟੂ ਦੇ ਨਾਲ ਹਮੇਸ਼ਾ ਹੈਵ ਦਾ ਵੀ ਆਪਣਾ ਮਤਲਬ ਹਮੇਸ਼ਾ ਹੈਵ ਦਾ ਹੀ ਯੂਜ਼ ਹੁੰਦਾ ਹੈਜ਼ ਦਾ ਕਦੇ ਨਹੀਂ ਤੁਸੀਂ ਟੂ ਹੈਜ਼ ਕਦੇ ਨਹੀਂ ਹੁੰਦਾ ਮਤਲਬ ਕਿ ਹੈਜ਼ ਹੈਵ ਚੋਂ ਲੱਗਿਓ ਤਾਂ ਹੈਵ ਹੀ ਲਾਵਾਂਗੇ ਆਪਾਂ ਦੈਟ ਕਾਰ ਅਪੀਅਰਸ ਟੂ ਹੈਵ ਬ੍ਰੋਕਨ ਡਾਊਨ ਬਾਕੀ ਸਾਰਾ ਸੇਮ ਬ੍ਰੋਕਨ ਡਾਊਨ ਦੇਖੋ ਬਾਕੀ ਸੇਮ ਆ ਗਿਆ ਸ਼ੇਮਾ ਡੇਵਿਡ ਫੋਰਗੇਟਸ things ਜਿਹੜਾ ਡੇਵਿਡ ਹੈ ਉਹ ਮਤਲਬ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਚੀਜ਼ਾਂ ਨੂੰ ਭੁੱਲ ਜਾਂਦਾ ਤਾਂ ਟੈਂਡ ਟੈਂਡ ਵੀ ਹੁੰਦਾ ਚਕਾਓ ਹੋਣਾ ਕਿ ਡੇਵਿਡ ਦਾ ਚਕਾਓ ਆ ਜਿਹੜਾ ਉਹ ਤੀਜਾ ਨੂੰ ਭੁੱਲਣ ਦੇ ਵੱਲ ਹੀ ਜਾਦਾ ਹੈ ਹਨਾ ਤਾਂ ਡੇਵਿਡ ਸਭ ਤੋਂ ਪਹਿਲਾਂ ਡੇਵਿਡ ਬ੍ਰੈਕਟਾਈ ਫਾਰਮ ਟੈਂਡ ਕਿਉਂਕਿ ਡੇਵਿਡ ਸਿੰਗੂਲਰ ਹੈ ਟੈਂਸ ਉਸ ਤੋਂ ਬਾਅਦ ਟੂ ਪਲਸ ਵਰਬ ਦੀ ਫਰਸਟ ਫਾਰਮ ਫੋਰਗੇਟ ਤਾਂ ਫੋਰਗੇਟ ਟੂ ਫੋਰਗੇਟ ਵਰਬ ਦੀ ਫਰਸਟ ਫਾਰਮ ਟੂ ਪਲਸ forget ਕਿਉਂਕਿ ਹੋਰ ਕੋਈ ਮੂਰੇ ਅੱਗੇ ਹੈਲਪਿੰਗ ਵਰਬ ਜਿਹੜੀ ਉਹ ਨਹੀਂ ਸੀ ਤਾਂ ਉਸ ਤੋਂ ਬਾਅਦ ਥਿੰਗਸ ਟੂ ਫੋਰਗੇਟ ਥਿੰਗਸ ਦੇਖੋ ਬਿਲਕੁਲ ਆਸਾਨ ਹੈ ਅਗਲਾ ਦੇ ਹੈਵ ਸੋਲਵਡ ਦਾ ਪ੍ਰੋਬਲਮ ਉਹਨਾਂ ਮਤਲਬ ਪ੍ਰੋਬਲਮ ਹੈ ਜਿਹੜੀ ਉਹ ਸੋਲਵ ਕਰ ਚੁੱਕੇ ਨੇ ਕਲੇਮ ਮਤਲਬ ਕਿ ਉਹਨਾਂ ਨੇ ਕਲੇਮ ਕਰਤਾ ਕਿ ਉਹ ਪ੍ਰੋਬਲਮ ਹੈ ਜਿਹੜੀ ਉਹਨਾਂ ਨੇ ਸੋਲਵ ਕਰਤੀ ਤਾਂ ਦੇ 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 ਨਾਲ ਆਏਗਾ ਕਲੇਮ ਕਿਉਂਕਿ ਦੇ ਪਲੂਰਲ ਹੈ ਤਾਂ ਕਲੇਮ ਉਸ ਤੋਂ ਬਾਅਦ ਟੂ ਪਲਸ ਵਰ ਦੀ ਫਰਸਟ ਫਾਰਮ ਇੱਥੇ ਹੈਵ ਹੈ ਟੂ ਹੈਵ solve out the problem solve out the solve out the problem so i think mainu nahi lagda ke is de vich tuhannu koi problem honi chahindi hai eh structure yaad rakho is de mutabik sare sentence ne jehde easily tusi bana doge je kar exam de vich inna to alawa kuch hor vi sentence aunda so esi apni is unit da apna part 4th ਐਂਡ ਹੁਣ ਆਪਣੀ ਇਸ ਯੂਨਟ ਦਾ ਲਾਸਟ ਪਾਰਟ ਹੈ ਜਿਹੜਾ ਉਹ ਆਪਾਂ ਕਰਦੇ ਹਾਂ ਬਿਲਕੁਲ ਸਾਨਾ ਦੇਖੋ ਇਸ ਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਕੰਪਲੀਟ ਈਚ ਸੈਂਟੈਂਸ ਸਾਰੇ ਸੈਂਟੈਂਸ ਜਿਹੜੇ ਮਤਲਬ ਇਹਨਾਂ ਨੂੰ ਕੰਪਲੀਟ ਕਰੋ ਆ ਮਾਨੂੰ ਬਲੈਂਕਸ ਦਿੱਤੇ ਹੋਏ ਨੇ ਆਪਾਂ ਨੇ ਪਹਿਲਾਂ ਤੋਂ ਕਰ ਦਿੱਤੇ ਨੇ ਬਟ ਕਰਨੇ ਕਿਸ ਤਰ੍ਹਾਂ ਨੇ ਉਹ ਮੈਂ ਦੱਸਦਾ ਕੰਪਲੀਟ ਕਰੋ ਯੂジング ਔਰ ਯੂਜ਼ ਕਰਨਾ ਹੈ ਤੁਸੀਂ ਨੇ ਵਟ ਹਾਊ ਵੇਅਰ ਵੈਦਰ ਉਸ ਤੋਂ ਬਾਅਦ ਪਲੱਸ ਦੀਜ਼ ਵਰਬਸ ਦੀਜ਼ ਵਰਬਸ ਮਤਲਬ ਕਿ ਇੱਥੇ ਉੱਪਰ ਇਹਨਾਂ ਨੇ ਵਰਬਸ ਦਿੱਤੀਆਂ ਹੋਈਆਂ ਨੇ ਤੁਹਾਡੀ ਤੁਸੀਂ ਗ੍ਰਾਮਰ ਦੇ ਉੱਪਰ ਦੇਖ ਸਕਦੇ ਹੋ ਆਪਾਂ ਲਿਖਣਾ ਭੁੱਲ ਗਏ ਉਹ ਆਪਾਂ نیچے ਲਿਖਤੀਆਂ ਡੂ ਗੈਟ ਗੋ ਪੁੱਟ ਰਾਈਡ ਯੂਜ਼ ਹੁਣ ਆਪਾਂ ਨੇ ਜਿਹੜੀ ਖਾਲੀ ਜਗ੍ਹਾ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹਨਾਂ ਚੋਂ ਇੱਕ ਸ਼ਬਦ ਲੈਣਾ ਮਤਲਬ ਜੇਕਰ ਆਪਾਂ ਕਿਸੇ ਤੋਂ ਜੇਕਰ ਆਪਾਂ ਗੱਲ ਕਰ ਰਹੇ ਹਾਂ ਕੀ ਤਾਂ ਵਟ ਦਾ ਮਤਲਬ ਕੀ ਮਤਲਬ ਇਹ ਆਪਾਂ ਕਿਸ ਤੋਂ ਪੁੱਛ ਰਿਹਾ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਤਾਂ ਵਟ ਦਾ ਯੂਜ਼ ਕਰਾਂਗੇ ਜੇਕਰ ਕਿਵੇਂ ਤਾਂ ਹਾਊ ਦਾ ਯੂਜ਼ ਕਰਾਂਗੇ ਜੇਕਰ ਕਿੱਥੇ ਤਾਂ ਵੇਅਰ ਦਾ ਯੂਜ਼ ਕਰਾਂਗੇ ਜੇਕਰ ਕੋਈ ਚੁਆਇਸ ਦੋ ਦੇ ਵਿੱਚੋਂ ਇੱਕ ਚੁਆਇਸ ਵੀ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਫਿਰ ਆਪਾਂ ਵੈਦਰ ਦਾ ਯੂਜ਼ ਕਰਾਂਗੇ ਉਸ ਤੋਂ ਬਾਅਦ ਇਹ ਡਬਲਯੂ ਐਚ ਫੈਮਿਲੀ ਹੋ ਗਈ ਸਾਰੀ ਇਹਨਾਂ 'ਚ ਲਗਾਵਾਂਗੇ ਫਿਰ ਟੂ ਪਲੱਸ ਵਰਬ ਦੀ ਫਰਸਟ ਫਾਰਮ ਇਹਨਾਂ 'ਚ ਟੂ ਲਗਾ ਕੇ ਇਹਨਾਂ 'ਚ ਵਰਬ ਦੀ ਫਰਸਟ ਫਾਰਮ ਜਿਸ ਤਰ੍ਹਾਂ ਕਿ ਫਰਸਟ ਦੇ ਵਿੱਚ ਹੈ ਕਹਿੰਦੇ డు ਯੂ ਨੋ टू जॉन्स हाउस मतलब के तुसी जानਦੇ ਹੋ ਕਿ ਜੋਨਸ ਦੇ ਘਰ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ ਕਿਸ ਤਰ੍ਹਾਂ ਪਹੁੰਚ ਕੀਤੀ ਜਾ ਸਕਦੀ ਹੈ ਹੈਨਾ ਤਾਂ ਮਤਲਬ ਕਿ ਗੈਟ ਇਹਨਾਂ ਨੇ ਆਪਾਂ ਨੂੰ ਖੁਦ ਵੀ ਬਣਾ ਕੇ ਤਾਂ ਗੈਟ ਇਹਨਾਂ ਨੇ ਯੂਜ਼ ਕੀਤਾ ਹੈਨਾ ਹਾਊ ਟੂ ਗੈਟ ਕਿਵੇਂ ਵੀ ਜੋਨਸ ਦੇ ਘਰ ਕਿਵੇਂ ਜਾਇਆ ਜਾ ਸਕਦਾ ਹੈ ਹੈਨਾ ਕਿਸ ਤਰ੍ਹਾਂ ਤਾਂ ਕਰਕੇ ਹਾਊ ਕਿਉਂਕਿ ਵੱਟ ਹੁੰਦਾ ਕੀ ਵੇਅਰ ਹੁੰਦਾ ਕਿੱਥੇ ਔਰ ਵੈਦਰ ਹੁੰਦਾ ਜਦੋਂ ਆਪਾਂ ਕੋਈ ਚੁਆਇਸ ਦੱਸੀ ਹੋਵੇ ਦੋ ਚੋ ਵੀ ਮੈਂ ਇਹ ਕਰਾਂ ਜਾਂ ਫਿਰ ਨਾ ਕਰਾਂ ਉੱਥੇ ਤਾਂ ਕਰਕੇ ਇੱਥੇ ਹਾਉ ਦਾ ਯੂਜ਼ ਕਰਿਆ ਹਾਉ ਟੂ ਦਾ ਕਰਨੀ ਕਰਨਾ ਯੂਜ਼ ਫਿਰ ਗੈਟ ਵੀ ਜਾਨ ਦੇ ਘਰ ਕਿਸ ਤਰ੍ਹਾਂ ਪਹੁੰਚ ਕੀਤੀ ਜਾ ਸਕਦੀ ਹੈ ਸੈਕਿੰਡ ਦੇਖੋ ਕਹਿੰਦਾ ਊਡ ਯੂ ਨੋ ਕਿ ਤੁਸੀਂ ਜਾਣਦੇ ਹੋ ਇਫ देयर ਵਾਸ ਅ ਫਾਇਰ ਇਨ ਦਾ ਬਿਲਡਿੰਗ ਕਹਿੰਦਾ ਜੇਕਰ ਕਹਿੰਦਾ ਤੁਸੀਂ ਜਾਣਦੇ ਹੋ ਵੀ ਜੇਕਰ ਬਿਲਡਿੰਗ ਦੇ ਵਿੱਚ ਅੱਗ ਲੱਗ ਜੇ ਮਤਲਬ ਇਹਨਾਂ ਦੇ ਵਿੱਚ ਹੁਣ ਆਪਾਂ ਕੀ ਕਹਾਂਗੇ ਵੀ ਤੁਸੀਂ ਜਾਣਦੇ ਹੋ ਹੈਨਾ ਤੁਸੀਂ ਜਾਣਦੇ ਹੋ ਕੀ ਜਾਣਦੇ ਹੋ ਪੁੱਟ ਕਰਨਾ ਰਾਈਡ ਕਰਨਾ ਯੂਜ਼ ਕਰਨਾ ਹੈਨਾ ਇਹਨਾਂ ਦੇ ਵਿੱਚ ਕੁਝ ਨਹੀਂ ਮਤਲਬ ਕਿ ਡੂ ਤੁਸੀਂ ਜਾਣਦੇ ਹੋ ਕਿ what to do ਕੀ ਕਰਨਾ ਚਾਹੀਦਾ ਕਿਉਂਕਿ ਆਪਾਂ ਇਹੀ ਕਹਾਂਗੇ ਨਾ would uh, would you know ਕਿ ਤੁਸੀਂ ਜਾਣਦੇ ਹੋ what to do ਕਿ ਕੀ ਕਰਨਾ ਚਾਹੀਦਾ ਜੇਕਰ ਬਿਲਡਿੰਗ ਦੇ ਵਿੱਚ ਅੱਗ ਲੱਗ ਜਾਵੇ ਤਾਂ ਕਰਕੇ ਇੱਥੇ do ਆ ਜਿਹੜਾ ਉਸ ਦਾ ਆਪਾਂ ਯੂਜ਼ ਕੀਤਾ third you will never forget ਤੁਸੀਂ ਕਦੇ ਨਹੀਂ ਭੁੱਲੋਗੇ ਅ ਬਾਈਸਾਈਕਲ ਵਾਂਸ ਯੂ ਹੈਵ ਲਰਨਡ ਜੇਕਰ ਇੱਕ ਵਾਰ ਤੁਸੀਂ ਸਾਈਕਲ ਚਲਾਉਣਾ ਸਿੱਖ ਗਏ ਤਾਂ ਤੁਸੀਂ ਕਦੇ ਨਹੀਂ ਭੁੱਲੋਗੇ ਕਿ ਸਾਈਕਲ ਕਿਵੇਂ ਚਲਾਈਂਦਾ ਹੈ ਹਨਾ ਮਤਲਬ ਕਿ ਰਾਈਡ ਆ ਗਿਆ ਇਹ ਤਾਂ ਬਿਲਕੁਲ ਪੱਦੀ ਚੱਲਦਾ ਰਾਈਡ ਹੁਣ ਆਪਾਂ ਕਹਾਂਗੇ ਯੂ ਵਿਲ ਨੈਵਰ ਫੋਰਗੇਟ ਤੁਸੀਂ ਕਦੇ ਨਹੀਂ ਮਤਲਬ ਭੁੱਲੋਗੇ ਕਿ ਸਾਈਕਲ ਕਿਵੇਂ ਚਲਾਉਣਾ ਚਾਹੀਦਾ ਹੈ ਮਤਲਬ ਕਿ ਕਿਵੇਂ ਹਾਊ ਤਾਂ ਕਰਕੇ ਹਾਊ ਟੂ ਰਾਈਡ ਚੌਥਾ ਆਈ ਹੈਵ ਬੀਨ ਇਨਵਾਈਟਡ ਟੂ ਦਾ ਪਾਰਟੀ ਮੈਨੂੰ ਕਹਿੰਦਾ ਪਾਰਟੀ ਦੇ ਵਿੱਚ ਇਨਵਾਈਟ ਕੀਤਾ ਗਿਆ ਬਟ ਆਈ ਹੈਵ ਨਾਟ ਡਿਸਾਈਡਡ ਪਰ ਮੈਂ ਡਿਸਾਈਡ ਨਹੀਂ ਕੀਤਾ ਔਰ ਨਾਟ ਮਤਲਬ ਕਿ ਇੱਥੇ ਗੱਲ ਪਾਰਟੀ ਦੇ ਵਿੱਚ ਜਾਣ ਦੀ ਹੋ ਰਹੀ ਹੈ ਇਹਦਾ ਮਤਲਬ ਇਹ ਕਹਿ ਰਿਹਾ ਕਿ ਮੈਂ ਡਿਸਾਈਡ ਨਹੀਂ ਕੀਤਾ ਕਿ ਮੈਂ ਪਾਰਟੀ ਦੇ ਵਿੱਚ ਜਾਵਾਂਗਾ ਜਾਂ ਫਿਰ ਨਹੀਂ ਜਾਵਾਂਗਾ ਮਤਲਬ ਕਿ ਗੋ ਜਾਵਾਂਗਾ ਜਾਂ ਨਹੀਂ ਜਾਵਾਂਗਾ ਹੁਣ ਦੋ ਦੇ ਵਿੱਚੋਂ ਚੁਆਇਸ ਦੱਸਣੀ ਹੈ ਤਾਂ ਵੈਦਰ ਤਾਂ ਕਰਕੇ ਇੱਥੇ ਵੈਦਰ ਟੂ ਗੋ ਵੈਦਰ ਟੂ ਗੋ ਔਰ ਨਾਟ ਪੰਜਵਾਂ ਮਾਈ ਰੂਮ ਇਜ਼ ਵੈਰੀ ਅਨਟਾਈਡ ਮੇਰਾ ਰੂਮ ਹੈ ਜਿਹੜਾ ਬਹੁਤ ਜ਼ਿਆਦਾ ਅਨਟਾਈਡ ਹੈ ਸਾਫ ਸੁਥਰਾ ਨਹੀਂ ਹੈਗਾ ਆਈ ਹੈਵ ਗਾਟ ਸੋ ਮੈਨੀ ਥਿੰਗਸ ਮੈਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਲਿਆ ਰੱਖੀਆਂ ਨੇ ਰੂਮ ਦੇ ਵਿੱਚ ਐਂਡ ਆਈ ਡੋਂਟ نو ਅਤੇ ਮੈਨੂੰ ਨਹੀਂ ਪਤਾ ਥੈਮ ਮਤਲਬ ਕਿ ਇੱਥੇ ਗੱਲ ਹੋ ਰਹੀ ਹੈ ਦੇਖੋ ਯੂਜ਼ ਇਹਨਾਂ ਨੂੰ ਯੂਜ਼ ਕਰਨ ਦੀ ਗੱਲ ਨਹੀਂ ਹੋ ਰਹੀ ਚੀਜ਼ਾਂ ਨੂੰ ਕਿਉਂਕਿ ਰੂਮ ਹੈ ਜਿਹੜਾ ਟਾਈਡੀ ਨਹੀਂ ਹੈਗਾ ਮਤਲਬ ਕਿ ਚੀਜ਼ਾਂ ਨੇ ਵਿਖਰੀਆਂ ਪਈਆਂ ਨੇ ਇਹਦਾ ਮਤਲਬ ਉਹ ਕਹਿਣਾ ਚਾਹ ਰਿਹਾ ਕਿ ਮੈਨੂੰ ਨਹੀਂ ਪਤਾ ਉਹ ਚੀਜ਼ਾਂ ਨੇ ਜਿਹੜੀਆਂ ਮੈਂ ਕਿੱਥੇ ਰੱਖਾਂ ਪੁੱਟ ਮਤਲਬ ਕਿੱਥੇ ਰੱਖਾਂ ਕਿੱਥੇ ਵੇਅਰ ਤਾਂ ਕਰਕੇ ਅ ਐਂਡ ਆਈ ਡੋਂਟ ਨੋ ਵੇਅਰ ਟੂ ਪੁੱਟ ਵੇਅਰ ਉਸ ਤੋਂ ਬਾਅਦ ਪੁੱਟ ਪੁੱਟ ਇਥੋਂ ਆਪਾਂ ਯੂਜ਼ ਕਰਾਂਗੇ ਵੇਅਰ ਟੂ ਪੁੱਟ ਦੈਮ ਕਿ ਇਹਨਾਂ ਨੂੰ ਕਿੱਥੇ ਮੈਂ ਰੱਖਾਂ ਸ਼ੇਮਾ ਆਈ ਹੈਵ ਸਮ ਕਲੋਥਸ ਟੂ ਵਾਸ਼ ਉਜੇ ਕਪੜੇ ਨੇ ਮੇਰੇ ਲਵੇ ਧੋਣ ਵਾਲੇ ਕੈਨ ਯੂ ਸ਼ੋ ਮੀ ਕਿ ਤੁਸੀਂ ਮੈਨੂੰ ਮਤਲਬ ਸ਼ੋ ਕਰ ਸਕਦੇ ਹੋ ਦਾ ਵਾਸ਼ਿੰਗ ਮਸ਼ੀਨ ਮਤਲਬ ਕਿ ਪੁੱਛਣਾ ਚਾ ਰਿਹਾ ਹੈ ਤੁਸੀਂ ਮੈਨੂੰ ਦਿਖਾ ਸਕਦੇ ਹੋ ਕਿ ਕਿਹੜੀ ਵਾਸ਼ਿੰਗ ਮਸ਼ੀਨ ਹੈ ਕਿਵੇਂ ਚਲਾਈ ਦੀ ਹੈ ਕਿਵੇਂ ਤਾਂ ਹਾਉ ਲੈ ਕੇ ਆਵਾਂਗੇ ਹਾਉ ਟੂ ਵਰ ਟੂ ਯੂਜ਼ ਕਿ ਕਿਸ ਤਰ੍ਹਾਂ ਯੂਜ਼ ਕਰਨਾ ਹੈ ਵਾਸ਼ਿੰਗ ਮਸ਼ੀਨ ਦਾ ਕੈਨ ਯੂ ਸ਼ੋ ਮੀ ਹਾਉ ਟੂ ਯੂਜ਼ ਦਾ ਵਾਸ਼ਿੰਗ ਮਸ਼ੀਨ ਸੋ ਜਿਹੜੀ ਇਹ ਐਕਸਰਸਾਈਜ਼ ਹੈ ਇਹ ਥੋੜਾ ਜਿਹਾ ਬਸ ਤੁਸੀਂ ਸੈਂਸ ਸਮਝਣੀ ਹੈ ਉੱਪਰੋਂ WH ਫੈਮਿਲੀ ਵੀ ਉਹੀ ਲੈ ਕੇ ਆਉਣੀ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਕੀ ਹਾਊ ਕਿਵੇਂ ਵੇਅਰ ਕਿੱਥੇ ਵੈਦਰ ਜਦੋਂ ਆਪਾਂ ਦੋ ਦੇ ਵਿੱਚੋਂ ਕੋਈ ਚੁਆਇਸ ਹੈ ਜਿਹੜੀ ਆਪਣੀ ਉਹ ਪੂਰੀ ਕਰਨੀ ਹੋਵੇ ਸੋ ਏਸੀ ਆਪਣੀ ਯੂਨਿਟ ਨੰਬਰ 54 ਸੋ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਉਦੋਂ ਤੱਕ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ